ਹੈਲੋ, ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੀ ਪੀ ਟੀ ਵੀ ਔਰ ਮੈਂ ਤੁਹਾਡੇ ਨਾਲ ਇਰਫਾਨ ਸਮੋਰ। ਅਸੀਂ ਨਨਕਾਣਾ ਸਾਹਿਬ ਜਨਮ ਅਸਥਾਨ ਮੌਜੂਦ ਹਾਂ, ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਇਸ ਟਾਈਮ ਮੇਰੇ ਨਾਲ ਇੱਕ ਪੂਰਾ ਗਰੁੱਪ ਮੌਜੂਦ ਹੈ, ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ, ਇਹਨਾਂ ਕੋਲ ਇਹਨਾਂ ਦੇ ਵਿਚਾਰ ਜਾਣ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹੁੰਚੇ ਹਾਂ ਅੱਜ ਪਵਿੱਤਰ ਨਗਰੀ ਨਨਕਾਣਾ ਸਾਹਿਬ, ਜੋ ਪਾਕਿਸਤਾਨ ਵਿੱਚ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਸ਼ੋਅ ਪ੍ਰਾਪਤ ਹੈ। ਇਹ ਪਹਿਲੀ ਪਾਤਸ਼ਾਹੀ ਵਿਦੇਸ਼ਾਂ ਤੋਂ ਅਤੇ ਦੂਰੋਂ ਨੇੜਿਓਂ ਪਾਕਿਸਤਾਨੋਂ ਵੀ ਪਿਆਰੀ ਗੁਰੂ ਦੀ ਸੰਗਤ ਆਈ ਹੋਈ ਹੈ, ਜੋ ਬਹੁਤ ਸ਼ਰਧਾ ਭਾਵਨਾ ਨਾਲ ਦਿਲੋਂ ਲੋਕਾਂ ਦੀ ਸੇਵਾ ਅਤੇ ਸੰਗਤ ਨੂੰ ਪਿਆਰ ਸਤਿਕਾਰ ਭਾਵਨਾ ਨਾਲ ਮਿਲਦੇ ਹਨ। ਇੱਥੇ ਅਸੀਂ ਬਹੁਤ ਕੁਝ ਦੇਖਿਆ ਜੋ ਅਸੀਂ ਪਹਿਲਾਂ ਕਦੀ ਨਹੀਂ ਦੇਖਿਆ। ਅਸੀਂ ਟੀ ਵੀ ਵਿੱਚ ਦੇਖੇ ਕਰਦੇ ਸੀ, ਸਾਡੀ ਦਿਲੋਂ ਤਮੰਨਾ ਸੀ ਕਿ ਅਸੀਂ ਵੀ ਕਦੀ ਪਾਕਿਸਤਾਨ ਜਾਈਏ, ਪਰ ਗੁਰੂ ਸਾਹਿਬ ਨੇ ਉਹ ਅਰਦਾਸਾਂ ਨੂੰ ਫਲ ਲਾਇਆ ਹੈ, ਜੋ ਅਸੀਂ ਦੁਬਾਰਾ ਇਸ ਅਸਥਾਨ 'ਤੇ ਪਹਿਲੀ ਵਾਰ ਆਏ ਹਾਂ, ਪਰ ਇੰਨਾ ਪ੍ਰੇਮ ਪਿਆਰ ਦੇਖ ਰਹੇ ਹਾਂ ਅਸੀਂ ਸੰਗਤ ਦਾ। ਇੱਥੇ ਜੋ ਮੀਡੀਆ ਵੀਰ ਨੇ, ਇਹਨਾਂ ਦਾ ਵੀ ਬਹੁਤ ਪਿਆਰ ਹੈ, ਜੋ ਸਾਨੂੰ ਇੱਥੇ ਗਾਈਡਨੈਂਸ ਔਰ ਸਾਡੀ ਸਹੂਲਤ ਵਾਸਤੇ ਸਰਕਾਰ ਨੇ ਬਹੁਤ ਵਧੀਆ ਕਦਮ ਚੁੱਕੇ ਹਨ। ਸਾਡੀ ਸਹੂਲਤ ਕਰਕੇ ਇਹ ਦੁਕਾਨਾਂ ਜਿਹੜੀਆਂ ਬੰਦ ਕਰਾ ਦਿੰਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇੱਥੇ ਜਦ ਰਸ਼ ਜ਼ਿਆਦਾ ਹੋਏਗਾ ਤਾਂ ਇਹਨਾਂ ਸੰਗਤ ਨੂੰ ਬਹੁਤ ਮੁਸ਼ਕਲਾਂ ਆਉਣਗੀਆਂ, ਪਰ ਇਹ ਬਹੁਤ ਵਧੀਆ ਉਪਰਾਲਾ ਕਰਦੇ ਨੇ। ਅਸੀਂ 551ਵਾਂ ਜਨਮ ਦਿਹਾੜਾ ਮਨਾਉਣ ਆਏ ਹਾਂ ਗੁਰੂ ਸਾਹਿਬ ਦਾ, 52ਵਾਂ ਜਨਮ ਦਿਹਾੜਾ ਮਨਾਉਣ ਆਏ ਹਾਂ, ਜੋ ਬਹੁਤ ਸ਼ਰਧਾ ਭਾਵਨਾ ਨਾਲ ਦੁਨੀਆ ਮਨਾ ਰਹੀ ਹੈ। ਲੋਕਾਂ ਨੇ ਇੰਨੇ ਦੁਨੀਆ ਲੰਗਰ ਲੱਗੇ ਨੇ, ਸਿੰਧੀਆਂ ਨੇ ਲੰਗਰ ਲਾਏ ਹੋਏ ਨੇ, ਬਸ ਇਹੀ ਕਹਿਣਾ ਚਾਹੁੰਦੇ ਹਾਂ। ਅੱਛਾ, ਤੁਸੀਂ ਇੱਕ ਗੱਲ ਕੀਤੀ ਕਿ ਤੁਸੀਂ ਇੱਥੇ ਉਹ ਦੇਖਿਆ ਜਿਹੜਾ ਪਹਿਲਾਂ ਕਦੇ ਨਹੀਂ ਸੀ ਦੇਖਿਆ, ਗੁਰਦੁਆਰੇ ਤਾਂ ਤੁਸੀਂ ਉੱਥੇ ਚੜ੍ਹਦੇ ਪੰਜਾਬ 'ਚ ਵੀ ਦੇਖੇ ਹੋਣੇ ਆ, ਐਸਾ ਕੀ ਇੱਥੇ ਦੇਖਿਆ ਜਿਹੜਾ ਪਹਿਲਾਂ ਨਹੀਂ ਦੇਖਿਆ? ਅਸੀਂ ਇੱਥੇ ਦੇਖਿਆ, ਜੋ ਉੱਥੇ ਵੀ ਸ਼ਰਧਾ ਦਾ ਬਹੁਤ ਹੈ, ਪਰ ਇੱਥੇ ਪਹਿਰਾਵਾ, ਜੋ ਕੁੜੀਆਂ ਦਾ ਪਹਿਰਾਵਾ ਹੈ, ਪਿਆਰ ਭਾਵਨਾ ਹੈ, ਔਰ ਇੱਕ ਦੂਜੇ ਨੂੰ ਮਿਠਾਸ ਗੱਲ ਬੋਲਦੇ ਨੇ। ਉੱਥੇ ਤਾਂ ਥੋੜ੍ਹਾ ਬਹੁਤਾ ਰੁੱਖੇ ਹੋ ਜਾਂਦੇ, ਪਰ ਇੱਥੇ ਮਿਠਾਸ ਗੱਲ, ਸਭ ਨੂੰ ਭਾਈਚਾਰੇ ਗੱਲ ਮਿਲਦੇ ਨੇ, ਔਰ ਉੱਥੇ ਇੱਕ ਇੱਥੇ ਇਹ ਹੈ, ਡਿਸਿਪਲਿਨ ਬਹੁਤ ਅੱਛਾ ਹੈ, ਉਹ ਸਭ ਤੋਂ ਬੈਸਟ ਲੱਗਿਆ ਹੈ, ਜੋ ਸਰਕਾਰ ਵੱਲੋਂ ਸਾਡੇ ਲਈ ਰੂਲ ਰੈਗੂਲਰ ਬਣਾਏ ਹੋਏ ਨਾ, ਵੀ ਇਹ ਟਾਈਮ ਆਹ ਕਰਨਾ ਹੈ, ਉਹ ਬਹੁਤ ਵਧੀਆ ਲੱਗਿਆ ਸਰਕਾਰ ਦਾ। ਅੱਛਾ, ਕੁਛ ਲੋਕ ਤਾਂ ਕਹਿ ਰਹੇ ਸੀ ਜੀ ਸਰਕਾਰ ਨੇ ਸਾਨੂੰ ਬਾਊਂਡ ਕਰ ਦਿੱਤਾ ਵਾ ਤੁਹਾਡੀ ਸਰਕਾਰ ਨੇ। ਅਸੀਂ ਹੁਣ ਕਹਿੰਦੇ ਹਾਂ ਨਾ, ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ, ਅਸੀਂ ਕਿਸੇ ਬਾਰੇ ਨਹੀਂ ਕਹਿ ਸਕਦੇ, ਜੋ ਸਾਨੂੰ ਅੱਛਾ ਲੱਗਿਆ ਅਸੀਂ ਤੁਹਾਨੂੰ ਉਹ ਦੱਸ ਰਹੇ ਹਾਂ। ਜਿਸ ਤਰ੍ਹਾਂ ਸੈਟਿਸਫਾਈਡ ਹੋ? ਹਾਂ, ਸੈਟਿਸਫਾਈ ਹਾਂ, ਬਹੁਤ ਵਧੀਆ ਉਪਰਾਲਾ ਚੱਲ ਰਿਹਾ ਹੈ। ਇਹ ਮੀਡੀਆ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਅਤੇ ਤੁਸੀਂ ਜੀ ਕਿੱਥੋਂ ਆਏ ਅਤੇ ਭਾਅ ਜੀ ਕੀ ਲੱਗਦੇ ਤੁਹਾਡੇ? ਇਹ ਸਾਡੇ ਭਤੀਜੇ ਲੱਗਦੇ। ਹਾਂਜੀ, ਅਸੀਂ ਚੰਡੀਗੜ੍ਹੋਂ ਆਏ ਜੀ। ਹਾਂਜੀ ਸਰ। ਅਤੇ ਆਪਣੇ ਵਿਚਾਰ ਸਾਂਝੇ ਕਰੋ, ਕਿੱਦਾਂ ਲੱਗਾ ਇੱਥੇ ਆ ਕੇ? ਸਾਨੂੰ ਬਹੁਤ ਵਧੀਆ ਲੱਗਿਆ। ਪਹਿਲੀ ਵਾਰ ਆਏ? ਹਾਂਜੀ, ਪਹਿਲੀ ਵਾਰ ਆਏ। ਅੱਛਾ, ਅਤੇ ਇਹ ਇੰਨੇ ਫਿਰ ਡਰੇ ਡਰੇ ਹੋ, ਪਹਿਲੀ ਵਾਰ ਆਏ ਹੋ, ਕੀ ਵਜ੍ਹਾ ਹੈ ਆਹਿਸਤਾ ਬੋਲ ਰਹੇ? ਡਰਨੇ ਦੀ ਕੋਈ ਗੱਲ ਨਹੀਂ, ਅਸੀਂ ਕਦੇ ਗੱਲ ਨਹੀਂ ਨਾ ਕਰੀ ਹੈਗੀ ਇੱਦਾਂ। ਚਲੋ, ਮੈਂ ਤੁਹਾਡਾ ਆਪਣਾ ਵਾਂ, ਮੇਰੇ ਨਾਲ ਅੱਜ ਗੱਲ ਕਰ ਲਓ, ਮੈਂ ਵੀ ਭਤੀਜਾ ਵਾਂ। ਅੱਛਾ, ਠੀਕ ਹੈ ਜੀ। ਦੱਸੋ ਕੀ ਫਿਰਿਆ, ਕੀ ਦੇਖਿਆ? ਇੱਧਰ ਲੰਗਰ ਖਾਨੇ ਵੱਲ ਗਏ, ਪ੍ਰਸ਼ਾਦਾ, ਔਰ ਦੂਜਾ ਜਿਹੜਾ ਹੈ ਆਪਣਾ ਕੀ ਕਹਿੰਦੇ ਮੁਸਾਫਰਖਾਨਾ, ਜਿੱਥੇ ਸੁੱਤੇ, ਬਾਜ਼ਾਰ ਵੀ ਗਏ, ਸਾਰੀਆਂ ਚੀਜ਼ਾਂ ਦੇਖੀਆਂ। ਹਾਂਜੀ ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਜੀ ਦੇਖਣ ਨੂੰ, ਬਹੁਤ ਜ਼ਿਆਦਾ ਵਧੀਆ ਪਿਆਰ ਮਿਲਿਆ ਜੀ ਸਾਨੂੰ, ਦੇਖਣ ਨੂੰ ਵੀ ਬਹੁਤ ਅੱਛਾ ਮਿਲਿਆ ਜੀ। ਇੱਧਰ ਵੀ ਆਉਂਦੇ ਹਾਂ, ਇੱਕ ਮਾਂ ਜੀ ਮੇਰੇ ਨਾਲ ਮੌਜੂਦ ਨੇ। ਮਾਂ ਜੀ ਕਿੱਦਾਂ ਦਾ ਲੱਗਾ ਸਾਰਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਅੱਛਾ ਲੱਗਿਆ ਜੀ ਇੱਥੇ ਆ ਕੇ, ਅਸੀਂ ਪਹਿਲੀ ਵਾਰ ਆਏ ਉਰੇ। ਤੁਸੀਂ ਵੀ ਪਹਿਲੀ ਵਾਰ ਆਏ ਹੋ? ਪਹਿਲੀ ਵਾਰ ਹੀ ਆ। ਹਾਂਜੀ, ਪਹਿਲੀ ਵਾਰ ਹੀ ਆ।
ਸਾਨੂੰ ਬਹੁਤ ਪਿਆਰ ਮਿਲਿਆ ਇੱਥੇ ਆ ਕੇ, ਬਹੁਤ ਬਹੁਤ ਧੰਨਵਾਦ। ਅਤੇ ਮਾਂ ਜੀ, ਤੁਸੀਂ ਤਾਂ ਬਜ਼ੁਰਗ ਹੋ ਗਏ ਹੋ ਅਤੇ ਤੁਹਾਡਾ ਬਚਪਨ ਗੁਜ਼ਰ ਗਿਆ, ਜਵਾਨੀ ਗੁਜ਼ਰ ਗਈ, ਬੁਢਾਪਾ ਵੀ ਗੁਜ਼ਰ ਗਿਆ ਅਤੇ ਹੁਣ ਤੁਸੀਂ ਇੱਥੇ ਆਏ, ਹੁਣ ਖਿਆਲ ਆਇਆ, ਉਹਦੀ ਕੀ ਵਜ੍ਹਾ? ਸਾਡਾ ਹੁਕਮ ਹੁਣ ਹੋਇਆ ਜੀ ਬਾਬਾ ਜੀ ਦਾ, ਪਹਿਲਾਂ ਸਾਡਾ ਵਿਜ਼ਨ ਨਹੀਂ ਸੀ ਲੱਗਿਆ ਤਾਂ ਕਰਕੇ ਹੁਣ ਅਸੀਂ ਆਏ। ਅੱਛਾ, ਯਾ ਮੈਂ ਦੇਖਿਆ ਵਾ ਲੋਕੀ ਬੁੱਢੇ ਬਾਰੇ ਇੱਧਰ ਆਉਂਦੇ ਨੇ, ਪਹਿਲਾਂ ਖਿਆਲ ਨਹੀਂ ਹੁੰਦਾ? ਨਹੀਂ ਖਿਆਲ ਹੈ, ਅਸੀਂ ਕਰਵਾਇਆ ਸੀ ਪਾਸਪੋਰਟ ਜਮ੍ਹਾਂ, ਪਹਿਲਾਂ ਸਾਡਾ ਵੀਜ਼ਾ ਨਹੀਂ ਸੀ ਲੱਗਿਆ, ਹੁਣ ਵੀਜ਼ਾ ਲੱਗਿਆ, ਮਹਾਰਾਜ ਦਾ ਹੁਕਮ ਹੋਇਆ ਤਾਂ ਅਸੀਂ ਦਰਸ਼ਨਾਂ ਵਾਸਤੇ ਆਏ ਹਾਂ। ਸਾਨੂੰ ਬਹੁਤ ਬਹੁਤ ਖੁਸ਼ੀ ਹੈ ਇਸ ਗੱਲ ਦੀ। ਭਾਜੀ ਕੀ ਨਾਮ ਆ ਤੁਹਾਡਾ ਅਤੇ ਇਹ ਦੱਸੋ ਤੁਸੀਂ ਕਰਦੇ ਕੀ? ਕੇਵਲ ਸਿੰਘ ਨਾਂ ਜੀ ਮੇਰਾ ਜੀ। ਕੀ ਕਰਦੇ? ਗੌਰਮੈਂਟ ਜੋਬ ਕਰਦੇ ਚੰਡੀਗੜ੍ਹ। ਅੱਛਾ, ਗਵਰਨਮੈਂਟ ਜੋਬ ਕਰਦੇ, ਹੁਣ ਰਿਟਾਇਰ ਹਾਂ ਜੀ। ਅਸੀਂ ਨਨਕਾਣਾ ਸਾਹਿਬ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਦੇਖਣ ਵਾਸਤੇ ਆਏ ਹੈਗੇ। ਅੱਛਾ, ਤੁਸੀਂ ਸਾਰੇ ਪਹਿਲੀ ਵਾਰ ਆਏ ਹੋ? ਅਸੀਂ ਸਾਰੇ ਪਹਿਲੀ ਵਾਰ ਆਏ ਹਾਂ ਜੀ। ਸਾਰੇ ਇੱਕੇ ਫੈਮਿਲੀ ਨਾਲ ਤਰਲ ਕੇ? ਹਾਂਜੀ, ਇੱਕੇ ਫੈਮਿਲੀ ਹੈ ਜੀ ਸਾਰੀ। ਅੱਛਾ, ਅਤੇ ਕੀ ਵਜ੍ਹਾ ਸਾਰੇ ਪਹਿਲੀ ਵਾਰ ਆਏ ਹੋ? ਕੁਛ ਬਜ਼ੁਰਗ ਹੋ ਗਏ ਨੇ, ਕੁਛ ਜਵਾਨ ਵੀ ਨੇ, ਆਹ ਭਾਈ ਮੇਰੇ ਬੜੇ ਯੰਗ ਨੇ, ਅਤੇ ਲੇਕਿਨ ਤੁਹਾਡਾ ਵੀ ਆਉਣ ਨਹੀਂ ਹੋਇਆ, ਕੀ ਵਜ੍ਹਾ ਕੀ ਹੈ? ਪਹਿਲਾਂ ਛੋਟੇ ਹੁੰਦੇ ਇੰਨਾ ਪਤਾ ਨਹੀਂ ਸੀਗਾ ਜੀ, ਹੁਣ ਪਤਾ ਚੱਲਿਆ ਜੀ। ਪਾਸਪੋਰਟ ਬਣਾ ਕੇ, ਵੀਜ਼ਾ ਬਣਵਾ ਕੇ ਗੌਰਮੈਂਟ ਤੋਂ ਫਿਰ ਆਏ। ਤੁਹਾਡੇ ਵੱਡੇ ਆਉਂਦੇ ਸੀ ਜਾਂ ਉਹ ਵੀ ਨਹੀਂ ਆਏ? ਨਹੀਂ, ਉਹ ਨਹੀਂ ਕਦੇ ਆਏ ਜੀ। ਵੱਡੇ ਵੀ ਕਦੇ ਨਹੀਂ ਆਏ? ਨਹੀਂ, ਕਦੇ ਨਹੀਂ ਕੋਈ ਆਇਆ ਜੀ। ਤੁਸੀਂ ਜੀ ਕੀ ਕਹੋਗੇ? ਸਰਮੁਖ ਸਿੰਘ ਜੀ ਹੈ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਹਾਂ ਜੀ। ਅਸੀਂ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਕਰਨ ਆਏ ਹਾਂ ਜੀ। ਵੀਜ਼ਾ ਪਹਿਲੇ ਵੀ ਲੱਗ ਲਿਆ, ਪਰ ਭਾਰਤ ਸਰਕਾਰ ਨੇ ਸਾਨੂੰ ਅਲਾਊਡ ਨਹੀਂ ਦਿੱਤੇ, ਅੱਗੇ ਨਹੀਂ ਦਿੱਤੀ। ਇਸ ਵਾਸਤੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਸਾਨੂੰ ਇੰਨਾ ਗਾਈਡ ਕਰਿਆ, ਔਰ ਇੱਧਰ ਦੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਸਾਡਾ ਵੀਜ਼ਾ ਆ ਕੇ ਸਾਨੂੰ ਪਹਿਲੀ ਵਾਰ ਦਰਸ਼ਨ ਕਰਨ ਦਾ ਮੌਕਾ ਦਿੱਤਾ। ਵਾਹਿਗੁਰੂ। ਅੱਛਾ ਭਾਅ ਜੀ, ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਕਿ ਇਹ ਜਿਹੜੇ ਯੰਗ ਲੋਕ ਨੇ ਤੁਹਾਡੀ ਏਜ ਦੇ, ਬਹੁਤ ਘੱਟ ਨਜ਼ਰ ਆਉਂਦੇ ਨੇ ਇੱਥੇ, ਇਹਦੀ ਕੀ ਵਜ੍ਹਾ? ਬਜ਼ੁਰਗ ਜ਼ਿਆਦਾ ਨਜ਼ਰ ਆਉਂਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਦੁਬਾਰਾ ਫਿਰ ਫਤਿਹ ਬੁਲਾਈ, ਇਸ ਕਰਕੇ ਬੁਲਾਈ ਹੈ ਕਿ ਤੁਸੀਂ ਬਜ਼ੁਰਗਾਂ ਨੂੰ ਵੀ ਮਿਲਿਓ ਔਰ ਮੈਨੂੰ ਵੀ ਮਿਲਿਓ। ਇਹ 'ਚ ਫਰਕ ਇਹ ਹੈ, ਇਸ ਇਹਨਾਂ ਬਜ਼ੁਰਗਾਂ ਦਾ ਵੀ ਕਸੂਰ ਨਹੀਂ ਹੈ, ਨਾ ਸਾਡੇ ਯੂਥ ਦਾ, ਇਹ ਕਸੂਰ ਹੈਗਾ ਸਰਕਾਰਾਂ ਦਾ। ਅਸੀਂ ਪਾਕਿਸਤਾਨ ਸਰਕਾਰ ਨੂੰ ਵੀ ਕਸੂਰਵਾਰ ਠਹਿਰਾਉਂਦੇ ਹਾਂ, ਆਪਣੀ ਸਰਕਾਰ ਨੂੰ ਵੀ ਠਹਿਰਾਉਂਦੇ ਹਾਂ, ਕਿਉਂਕਿ ਉਹ ਮੀਡੀਆ ਦੇ ਥਰੂ, ਚਾਹੇ ਤੁਸੀਂ ਹੋਗੇ ਚਾਹੇ ਅਸੀਂ ਹੋਗੇ, ਇਹ ਸਾਰਿਆਂ ਨੂੰ ਨਾ ਇੱਕ ਡਰਾਉਂਦੇ ਹੈ। ਇਹ ਉਹਨਾਂ ਵਿੱਚ ਇਹ ਭਾਵਨਾ ਦਿਖਾਉਂਦੇ ਹੈ ਕਿ ਜੇ ਤੁਹਾਡਾ ਇੱਕ ਵਾਰ ਪਾਕਿਸਤਾਨ ਵੀਜ਼ਾ ਲੱਗ ਗਿਆ ਤਾਂ ਤੁਸੀਂ ਹੋਰ ਕਿਸੇ ਕੰਟਰੀ ਨਹੀਂ ਜਾ ਸਕਦੇ। ਇਹ ਸਾਨੂੰ ਨਹੀਂ ਪਤਾ ਕਿ ਇੱਥੇ ਕੀ ਹੈ ਪਾਕਿਸਤਾਨ ਇਹੋ ਜਿਹਾ। ਅਸੀਂ ਤਾਂ ਆਪਣਾ ਸ਼ਰਧਾਲੂ, ਅਸੀਂ ਆਪਣਾ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਸ਼ੋ ਪ੍ਰਾਪਤ ਦਰਸ਼ਨ ਕਰਨ ਆਉਂਦੇ ਹਾਂ, ਸਾਨੂੰ ਨਹੀਂ ਪਤਾ ਅਸੀਂ ਹੋਰ ਕਿਤੇ ਆਉਂਦੇ ਹਾਂ। ਉਹ ਸਰਕਾਰਾਂ ਪਤਾ ਨਹੀਂ ਕਿਉਂ ਡਰਾਉਂਦੀਆਂ ਨੇ ਕਿ ਇੱਥੇ ਜੇ ਇੱਕ ਵਾਰ ਤੁਸੀਂ ਵੀਜ਼ਾ ਲਵਾ ਲਿਆ ਤਾਂ ਤੁਹਾਨੂੰ ਹੋਰ ਕਿਤੇ ਦਾ ਵੀਜ਼ਾ ਨਹੀਂ ਮਿਲਣਾ। ਇਸ ਕਰਕੇ ਪਿਆਰ ਭਾਵਨਾ ਇੱਥੇ ਸਾਡੇ ਨਾ ਬੱਚੇ ਵੀ ਜੰਮਦੇ ਕਹਿੰਦੇ ਵੀ ਅਸੀਂ ਨਨਕਾਣਾ ਜਾਣਾ ਹੈ। ਅੱਛਾ, ਹਾਂ ਉਹ ਕਹਿੰਦੇ ਹੈ ਭਾਵਨਾ ਉਹਨਾਂ ਦੀ। ਹੁਣ ਇਹ ਵੀਜ਼ਾ ਨਹੀਂ ਲਾਉਂਦੇ ਜਾਂ ਪਤਾ ਨਹੀਂ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਹੈ ਕਿ ਇਹਨਾਂ ਕੋਲ ਕੋਈ ਸਹੂਲਤ ਨਹੀਂ ਹੁੰਦੀ, ਇਹ ਵੀ ਇੱਕ ਮੁੱਦਾ ਹੈ ਜੀ। ਔਰ ਬਾਕੀ ਇੱਥੇ ਬਹੁਤ ਹੋਰ ਭਾਵਨਾ ਬਹੁਤ ਹੈ, ਵਧੀਆ ਅੱਛਾ ਹੈ, ਪਰ ਇਹ ਮੇਨ ਮਸਲਾ ਇਹ ਰਹਿੰਦਾ ਹੈ ਕਿ ਜਿਹਦੇ ਇੱਕ ਵਾਰ ਪਾਕਿਸਤਾਨ ਦੀ ਕਹਿੰਦੇ ਮੋਹਰ ਲੱਗ ਜੇ ਨਾ, ਉਹ ਕਿਤੇ ਹੋਰ ਕੰਟਰੀ ਨਹੀਂ ਜਾ ਸਕਦਾ। ਇਹ ਮੇਨ ਰੀਜ਼ਨ ਹੈ ਕਿ ਬਜ਼ੁਰਗ ਆਉਂਦੇ ਹੈ, ਕਿਉਂਕਿ ਬਜ਼ੁਰਗਾਂ ਨੇ। ਅੱਛਾ, ਤੁਸੀਂ ਕਿਸੇ ਹੋਰ ਕੰਟਰੀ ਜਾਣ ਲਈ ਇੰਟਰਸਟਿਡ ਨਹੀਂ ਜਾਂ ਤੁਸੀਂ ਰਿਸਕ ਲੈ ਕੇ ਆਇਓ? ਪਤਾ ਕੀ ਹੈ, ਕਹਿੰਦੇ ਪਹਿਲਾਂ ਆਪਣੇ ਬਾਪ ਨੂੰ ਖੁਸ਼ ਰੱਖਣਾ ਚਾਹੀਦਾ ਹੈ, ਬਾਕੀਆਂ ਦੀ ਬਾਅਦ 'ਚ ਚਾਚੇ ਤਾਇਆਂ ਦੀ ਪਰਵਾਹ ਕਰਨੀ ਚਾਹੀਦੀ ਹੈ। ਹੁਣ ਅਸੀਂ ਇਸ ਧਰਤੀ 'ਤੇ ਆ ਗਏ, ਅੱਗੇ ਵੀਜ਼ਾ ਅਪਲਾਈ ਕਰਾਂਗੇ ਬਾਹਰ ਦਾ ਵੀ, ਲੱਗੇ ਨਾ ਲੱਗੇ ਉਹ ਕਿਸਮਤ ਹੈ। ਇੰਟਰਸਟ ਹੈ,
ਇੰਟਰਸਟ ਹੈਗਾ ਹੈ ਬਾਹਰ ਦਾ ਵੀ, ਬਾਕੀ ਗੁਰੂ ਨਾਨਕ ਨੂੰ ਪਤਾ ਹੈ ਜਿੱਦਾਂ ਨੂੰ ਉਹਨੇ ਰੱਖਣਾ ਉੱਥੇ ਰੱਖਣਾ ਹੈ। ਵੀਰੇ ਇਹ ਗੱਲ ਕਰਕੇ ਤੂੰ ਮੇਰਾ ਦਿਲ ਜਿੱਤ ਲਿਆ ਹੈ ਕਿ ਠੀਕ ਹੈ ਬਾਹਰ ਦਾ ਵੀ ਇੰਟਰਸਟ ਰੱਖਦੇ ਹੋ, ਲੇਕਿਨ ਪਹਿਲਾਂ ਆਪਣੇ ਬਜ਼ੁਰਗਾਂ ਨੂੰ ਖੁਸ਼ ਕਰਨਾ ਚਾਹੀਦਾ। ਅੱਜ ਦੀ ਯੂਥ ਇੰਜ ਦਾ ਨਹੀਂ ਸੋਚਦੀ, ਉਹ ਕਹਿੰਦੇ ਨੇ ਜੀ ਅਗਰ ਇੱਧਰ ਜਾਵਾਂਗੇ, ਹੈ ਤਾਂ ਵੈਸੇ ਟੋਟਲੀ ਫੇਕ ਇਹ ਜਿਹੜਾ ਪ੍ਰੋਪੇਗੰਡਾ, ਇਹਦੇ 'ਚ ਕੋਈ ਹਕੀਕਤ ਨਹੀਂ ਹੈ, ਕੋਈ ਰਿਐਲਿਟੀ ਨਹੀਂ ਹੈ ਔਰ ਕੋਈ ਸੱਚ ਨਹੀਂ ਹੈ। ਦੇਖੋ ਪਾਕਿਸਤਾਨੀ ਦੁਨੀਆ ਦੇ ਹਰ ਮੁਲਕ 'ਚ ਬੈਠੇ ਨੇ, ਉਹ ਵੀ ਤਾਂ ਆਪਣੇ ਵੀਜ਼ੇ 'ਤੇ ਜਾਂਦੇ ਨੇ। ਉਸ ਤੋਂ ਇਲਾਵਾ ਸਾਨੂੰ ਬੜੇ ਸਿੱਖ ਸਰਦਾਰ ਮਿਲਦੇ ਰਹਿੰਦੇ ਨੇ ਜਿਹੜੇ ਹਿੰਦੁਸਤਾਨ ਤੋਂ ਇੱਥੇ ਆਏ, ਫਿਰ ਬਾਹਰ ਚਲੇ ਗਏ, ਬਾਹਰੋਂ ਇੱਥੇ ਆਉਂਦੇ ਨੇ। ਕੱਲ੍ਹ ਮੈਨੂੰ ਮਿਲਿਆ ਇੱਕ ਪੂਰਾ ਗਰੁੱਪ ਮਿਲਿਆ, 6 ਬੰਦੇ ਸੀਗੇ ਜਿਹੜੇ ਅਮਰੀਕਾ ਤੋਂ ਆਏ ਸੀ, ਕੈਲੀਫੋਰਨੀਆ ਤੋਂ। ਇਹ ਸਵਾਲ ਮੈਂ ਉਹਨਾਂ ਨੂੰ ਵੀ ਪੁੱਛਿਆ, ਮੈਂ ਕਿਹਾ ਕੀ ਇਹ ਹਕੀਕਤ ਹੈ ਕਿ ਇੰਡੀਆ ਤੋਂ ਜਿਹੜਾ ਆਵੇ ਉਹਦੇ ਵੀਜ਼ੇ 'ਤੇ ਮੋਹਰ ਲੱਗ ਜਾਏ ਅਤੇ ਉਹ ਫਿਰ ਨਹੀਂ ਆਉਂਦਾ, ਪਾਸਪੋਰਟ 'ਤੇ ਲੱਗ ਜਾਏ, ਕਿਸੇ ਹੋਰ ਕੰਟਰੀ ਨਹੀਂ ਜਾ ਸਕਦਾ? ਉਹਨਾਂ ਨੇ ਵਾਰੀ ਵਾਰੀ ਦੱਸਿਆ, ਉਹਨਾਂ ਨੇ ਕਿਹਾ ਜੀ ਅਸੀਂ ਕਈ ਵਾਰਾ ਹਿੰਦੁਸਤਾਨ ਤੋਂ ਆਏ ਹਾਂ ਇੱਥੇ, ਉਸ ਤੋਂ ਬਾਅਦ ਫਿਰ ਅਸੀਂ ਅਪਲਾਈ ਕੀਤਾ ਵਾ। ਕਿਸੇ ਨੇ ਕਿਹਾ ਜੀ ਮੈਂ ਜਰਮਨੀ ਲਈ ਅਪਲਾਈ ਕੀਤਾ, ਮੈਂ ਅਮਰੀਕਾ ਲਈ, ਮੈਂ ਸਪੇਨ, ਫਲਾਣੇ ਮੁਲਕ ਆ, ਹੋਣ ਕੈਲੀਫੋਰਨੀਆ 'ਚ ਅਸੀਂ ਇਕੱਠੇ ਹਾਂ, ਡਿਫਰੈਂਟ ਕੰਟਰੀਜ਼ ਵਿਜ਼ਿਟ ਕੀਤੀਆਂ ਨੇ, ਠੀਕ ਹੈ। ਅਤੇ ਇਹ ਜਿਹੜਾ ਇਹ ਯੂਥ ਦੇ, ਮੈਂ ਕਾਫੀ ਲੋਕਾਂ ਨਾਲ ਗੱਲਬਾਤ ਕਰ ਰਿਹਾ, ਉਹਨਾਂ ਦਾ ਇਹੀ ਕਹਿਣਾ ਕਿ ਕਹਿੰਦੇ ਨੇ ਸਾਡੀ ਯੂਥ ਦੇ ਮਾਇੰਡ 'ਚ ਇੱਕ ਡਰ ਬੈਠਾ ਵਾ, ਇਹ ਡਰ ਕਿਉਂ ਬੈਠਾ ਵਾ ਔਰ ਕਿੱਦਾਂ ਨਿਕਲੇਗਾ? ਇਹ ਡਰ ਅਸੀਂ ਆਪ ਕੱਢ ਸਕਦੇ ਕਿ ਪੰਜਾਬ ਵੀ ਆਪਣਾ ਹੈ, ਇਹ ਪਾਕਿਸਤਾਨ ਵੀ ਆਪਣਾ, ਪਹਿਲਾਂ ਤਾਂ ਇਕੱਠੇ ਸੀ, ਇਹ ਤਾਂ ਹੁਣ ਹੀ ਹੋਏ। ਇਹ ਗੁਰੂ ਨਾਨਕ ਪਾਤਸ਼ਾਹ ਦਾ ਕੱਦੇ ਕਹਿੰਦੇ ਆਏ ਵੀ ਸਭ ਇੱਕ ਹੈ, 4 ਵਰਨਾ ਕੋ ਉਪਦੇਸ਼ ਸਾਂਝਾ, ਵਿਚਾਰੇ ਧਰਮਾਂ ਨੂੰ ਸਾਂਝਾ ਉਪਦੇਸ਼ ਹੈ, ਸਭ ਆਪਣਾ ਪਿਆਰ ਭਾਵਨਾ ਨਾਲ ਰਹੋਗੇ ਤਾਂ ਏਕਾ ਰਹੇਗਾ। ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ। ਕਈ ਇੱਥੇ ਅਸੀਂ ਜੋ ਮੁਸਲਿਮ ਫੈਮਿਲੀ ਨਾਲ ਸੰਬੰਧ ਰੱਖਦੇ ਨੇ ਉਹ ਵੀ ਬਹੁਤ ਖੁਸ਼ ਹੋਏ, ਉਹ ਕਹਿੰਦੇ ਵੀ ਤੁਹਾਡੇ ਵਰਗੇ ਅਸੀਂ ਟਰਬਨ, ਮਤਲਬ ਪੱਗ ਬੰਨ੍ਹਣੀ ਹੈ, ਉਹ ਭਾਵਨਾ ਹੈ। ਨਾਲ ਅੱਜ ਗੱਲਬਾਤ ਕਰਕੇ ਸਾਨੂੰ ਬਹੁਤ ਅੱਛਾ ਲੱਗਾ ਔਰ ਸਪੈਸ਼ਲੀ ਇਹ ਅੱਛਾ ਲੱਗਾ, ਇੱਕ ਤਾਂ ਤੁਸੀਂ ਯੰਗ ਹੋ, ਆਏ ਹੋ, ਔਰ ਦੂਸਰਾ ਸਭ ਤੋਂ ਅੱਛੀ ਜਿਹੜੀ ਤੁਸੀਂ ਗੱਲ ਕੀਤੀ, ਮੈਂ ਇੱਕ ਵਾਰ ਫਿਰ ਰਿਪੀਟ ਕਰਾਂਗਾ ਕਿ ਵਿਦੇਸ਼ 'ਤੇ ਜਾਂਦੇ ਰਹਾਂਗੇ, ਯੂਰਪ ਔਰ ਦੂਜੀ ਕੰਟਰੀਜ਼ 'ਤੇ ਜਾਂਦੇ ਰਹਾਂਗੇ, ਲੇਕਿਨ ਪਹਿਲਾਂ ਆਪਣੇ ਵੱਡਿਆਂ ਨੂੰ ਖੁਸ਼ ਕਰੀਏ, ਪਹਿਲਾਂ ਇੱਥੇ ਆਈਏ, ਜੋ ਅਰਦਾਸ ਜੀ ਦੀ ਅਰਦਾਸ ਕਰ ਰਹੇ ਹਾਂ ਉੱਥੇ ਮੱਥਾ ਟੇਕੀਏ, ਫਿਰ ਦੂਜੀ ਕੰਟਰੀ 'ਤੇ ਜਾਈਏ। ਮੈਂ ਚਾਹੁੰਦਾ ਵਾਂ ਕਿ ਇਹ ਜਿਹੜੇ ਤੁਸੀਂ ਸਟੈਪ ਲਿਆ, ਇਨੀਸ਼ੀਏਟਿਵ ਲਿਆ, ਇਹ ਮੈਸੇਜ ਪੰਜਾਬ ਦੀ, ਇੰਡੀਅਨ ਪੰਜਾਬ ਦੀ, ਇੰਡੀਅਨ ਸਿੱਖ ਜਿਹੜੀ ਯੂਥ ਹੈ ਉਹਨਾਂ ਨੂੰ ਵੀ ਇਹ ਮੈਸੇਜ ਪਹੁੰਚਾਓ। ਇਹ ਤੁਹਾਡੇ ਥਰੂ ਇਹ ਪਹੁੰਚ ਸਕਦਾ ਹੈ ਮੇਰਾ? ਸਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਜਿਹੜੇ ਇੰਡੀਅਨ ਭਰਾ ਨੇ, ਸਾਡੇ ਚੈਨਲ ਨੂੰ ਫੋਲੋ ਕਰਦੇ ਨੇ। ਬਾਕੀ ਮੇਰਾ ਨਾਮ ਅਮਨਦੀਪ ਸਿੰਘ ਹੈ, ਮੈਂ ਪਿੰਡ ਝਾਂਪੁਰ ਦਾ ਹਾਂ, ਅਸੀਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ 'ਚ ਜੋਬ ਕਰਦਾ। ਉੱਥੇ ਸਾਨੂੰ ਇਹੀ ਸਿਖਾਇਆ ਜਾਂਦਾ ਜੋ ਬੈਗਰ ਹੋਤੇ ਹੈ, ਭੀਖ ਮੰਗਦੇ ਬੱਚੇ ਔਰ ਕਈ ਸੜਕਾਂ 'ਤੇ ਰੁਲਦੇ ਹੈ, ਉਹਨਾਂ ਵਾਸਤੇ ਖਾਣਾ ਪੀਣਾ ਸਭ ਸਹੂਲਤਾਂ ਫਰੀ ਨੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ। ਉੱਥੇ ਵੀ ਸਾਨੂੰ ਇਹੀ ਸਿਖਾਇਆ ਜਾਂਦਾ ਕਿ ਪਹਿਲਾਂ ਆਪਣੇ ਤੋਂ ਜੋ ਆਪਣਾ ਮੈਂਟਲੀ MR ਬੱਚੇ ਹੈ ਨਾ, ਉਹਨਾਂ ਨੂੰ ਪਿਆਰ ਕਰਨਾ ਹੈ। ਉੱਥੇ ਤੋਂ ਸਾਨੂੰ ਗਾਈਡਨੈਂਸ ਮਿਲਦੀ ਹੈ ਕਿ ਆਪਣੇ ਬਜ਼ੁਰਗ ਵੀ ਕਦੀ ਬੱਚੇ ਤੋਂ ਬੁੱਢੇ ਹੋਣਗੇ ਨਾ, ਅਸੀਂ ਉਹਨਾਂ ਲਈ ਜੇ ਹੁਣ ਪਿਆਰ ਰੱਖਾਂਗੇ ਤਾਂ ਉਹਨਾਂ ਨੇ ਵੀ ਕਦੀ ਸਾਨੂੰ ਸਾਂਭਣਾ ਹੈ। ਇਹੀ ਵੀਰ ਆਪਾਂ ਸਭ ਨੂੰ ਸਮਝਾ ਸਕਦੇ ਹਾਂ ਪਾਕਿਸਤਾਨੀਆਂ ਨੂੰ ਵੀ ਕਿ ਜੇ ਅਸੀਂ ਹੁਣ ਇੱਕ ਦੂਜੇ ਨਾਲ ਪਿਆਰ ਕਰਾਂਗੇ ਬੁਢਾਪੇ ਵਿੱਚ ਵੀ ਤਾਂ ਹੀ ਕੰਮ ਆਣਗੇ। ਬਸ ਥੈਂਕ ਯੂ ਵਿਊਅਰਸ, ਆ ਪੂਰੇ ਗਰੁੱਪ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਚੰਗਾ ਲੱਗਾ, ਉਮੀਦ ਹੈ ਤੁਹਾਨੂੰ ਵੀ ਚੰਗਾ ਲੱਗਾ ਹੋਵੇਗਾ। ਮੈਨੂੰ ਫਿਲਹਾਲ ਇਜਾਜ਼ਤ ਦਿਓ, ਰੱਬ ਰੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।